ਪੰਜਾਬੀ ਇੰਡਸਟਰੀ 'ਚ ਆਏ ਦਿਨ ਫਿਲਮ ਜਗਤ ਅਤੇ ਸੰਗੀਤ ਜਗਤ ਦੇ ਕਲਾਕਾਰਾਂ ਦੇ ਵਿਆਹ 'ਚ ਬੰਧਨ ਦੇ ਵੱਜਣ ਦੀ ਚਰਚਾਵਾਂ ਹੁੰਦੀਆਂ ਰਹਿੰਦੀਆਂ ਨੇ। ਹੁਣ ਯਾਰ ਮੋੜਦੋ ਵਰਗੇ ਸੁਪਰ ਹਿੱਟ ਗੀਤ ਦੇਣ ਵਾਲੇ ਮਸ਼ਹੂਰ ਗਾਇਕ ਮਿਲਿੰਦ ਗਾਵਾ ਵੀ ਜਲਦ ਹੀ ਆਪਣੀ ਪ੍ਰੇਮਿਕਾ ਪ੍ਰਿਆ ਬੈਨੀਵਾਲ ਨਾਲ ਵਿਆਹ ਦੇ ਬੰਧਨ 'ਚ ਬੰਨਣ ਜਾ ਰਹੇ ਨੇ ਅਤੇ 2 ਅਪ੍ਰੈਲ 'ਚ ਵਿਆਹ ਕਰਵਾਉਣਗੇ। ਜੇਕਰ ਗੱਲ ਕਰੀਏ ਤਾਂ ਮਿਲਿੰਦ ਗਾਵਾ ਅਤੇ ਪ੍ਰਿਆ ਬੈਨੀਵਾਲ ਵਿਆਹ ਦਾ ਫੰਕਸ਼ਨ ਅਪ੍ਰੈਲ ਤੋਂ ਸ਼ੁਰੂ ਹੋਵੇਗਾ। ਇਹ ਕਰੀਬ ਇੱਕ ਹਫ਼ਤਾ ਚੱਲੇਗਾ ਅਤੇ ਦੋਵਾਂ ਦਾ ਵਿਆਹ ਪੰਜਾਬੀ ਅਤੇ ਜਾਟ ਰੀਤੀ ਰਿਵਾਜ਼ਾਂ ਨਾਲ ਹੋਵੇਗਾ। ਦੱਸਿਆ ਇਹ ਵੀ ਜਾ ਰਿਹਾ ਕਿ ਦੋਵੇਂ ਦਿੱਲੀ NCR 'ਚ ਵਿਆਹ ਕਰਨ ਜਾ ਰਹੇ ਨੇ। ਪ੍ਰੀ ਵੈਡਿੰਗ ਫੰਕਸ਼ਨ ਲਈ ਵੀ ਵੱਖ ਵੱਖ ਥਾਵਾਂ 'ਤੇ ਵੈਨਿਊ ਬੁੱਕ ਕੀਤੇ ਗਏ ਨੇ। ਦੋਵਾਂ ਦੇ ਵਿਆਹ ਦੀਆਂ ਰਸਮਾਂ 11 ਅਪ੍ਰੈਲ ਤੋਂ ਸ਼ੁਰੂ ਹੋਣਗੀਆਂ। ਇਸ ਤੋਂ ਬਾਅਦ 13 ਅਪ੍ਰੈਲ ਨੂੰ ਦੋਵੇਂ ਧਮਾਕੇਦਾਰ ਕਾਕਟੇਲ ਪਾਰਟੀ ਕਰਨਗੇ। 15 ਅਪ੍ਰੈਲ ਨੂੰ ਪ੍ਰਿਆ ਦੀ ਮਹਿੰਦੀ ਰਸਮ ਹੋਵੇਗੀ ਤੇ ਅਗਲੇ ਹੀ ਦਿਨ ਦੋਵੇਂ ਪੰਜਾਬੀ ਰੀਤੀ ਰਿਵਾਜ਼ਾਂ ਦੇ ਮੁਤਾਬਿਕ ਵਿਆਹ ਦੇ ਬੰਧਨ 'ਚ ਵੱਜਣਗੇ। ਮਿਲਿੰਦ ਗਾਵਾ ਦੇ ਵਿਆਹ 'ਚ ਕਈ ਪੰਜਾਬੀ ਗਾਇਕ ਵੀ ਨਜ਼ਰ ਆ ਸਕਦੇ ਨੇ। ਦੱਸ ਦਈਏ ਕਿ ਪ੍ਰਿਆ ਬੈਨੀਵਾਲ ਤੇ ਮਿਲਿੰਦ ਗਾਵਾ ਲੰਮੇ ਸਮੇਂ ਤੋਂ ਇੱਕ ਦੂਜੇ ਨੂੰ ਡੇਟ ਕਰ ਰਹੇ ਸਨ, ਜੋ ਕਿ ਅਕਸਰ ਹੀ ਦੋਵੇਂ ਸੋਸ਼ਲ ਮੀਡੀਆ ਤੇ ਕਈ ਖੂਬਸੂਰਤ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ ਤੇ ਪ੍ਰਿਆ ਬੈਨੀਵਾਲ ਮਸ਼ਹੂਰ ਯੂਟਿਊਬਰ ਹਰਸ਼ ਬੈਨੀਵਾਲ ਦੀ ਭੈਣ ਹੈ। ਪ੍ਰਿਆ ਬੈਨੀਵਾਲ ਵੀ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਰਹਿੰਦੀ ਹੈ। ਬਿਊਰੋ ਰਿਪੋਰਟ, ਦ TVNRI।